ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਅਸੀਂ ਪਿੰਡ ਬਰਿਆਰਾ ਵਿਖੇ ਆਏ ਹਾਂ ਜੀ। ਇਹ ਪਿੰਡ ਬੇਗੋਵਾਲ ਦੇ ਕੋਲ ਪੈਂਦਾ ਜੀ, ਅਤੇ ਦਾਸ ਆਪ ਜੀਆਂ ਨੂੰ ਹਰ ਮਹੀਨੇ ਸਵਾਲ ਪੁੱਛਦਾ ਜੀ। ਇਹ ਸਵਾਲ ਅਸੀਂ ਵਾਹਿਗੁਰੂ ਵਾਸਰਾ ਯੂਟਿਊਬ ਚੈਨਲ 'ਤੇ ਅਪਲੋਡ ਕਰਦੇ ਹਾਂ ਜੀ। ਜੂਨ ਮਹੀਨੇ ਦੇ ਵਿੱਚ ਜਿਹੜਾ ਅਸੀਂ ਸਵਾਲ ਪੁੱਛਿਆ ਸੀ, ਬੜੀਆਂ ਸੰਗਤਾਂ ਨੇ ਜਵਾਬ ਦਿੱਤਾ, ਅਤੇ ਇੱਥੇ ਬਲਿਆਰਾਂ ਵਾਲਿਆਂ ਦੇ ਰਿਸ਼ਤੇਦਾਰਾਂ ਦਾ ਵੀ ਇੱਕ ਇਨਾਮ ਨਿਕਲਿਆ ਸੀ। ਅਸੀਂ ਜਿਹੜੇ ਵੀ ਸਵਾਲ ਪੁੱਛਦੇ ਹਾਂ ਉਹ ਯੂਟਿਊਬ ਉੱਪਰ ਵਾਹਿਗੁਰੂ ਵਾਸਰਾ ਚੈਨਲ 'ਤੇ ਅਪਲੋਡ ਕਰਦੇ ਹਾਂ ਜੀ, ਅਤੇ ਹਰ ਮਹੀਨੇ ਫਿਰ ਜਿਨ੍ਹਾਂ ਦੇ ਜਵਾਬ ਸਹੀ ਆਉਂਦੇ ਨੇ ਉਹਨਾਂ ਦੇ ਅਸੀਂ ਲੱਕੀ ਡਰਾ ਰਾਹੀਂ ਇਨਾਮ ਕੱਢਦੇ ਹਾਂ ਜੀ। ਅਤੇ ਇਹਨਾਂ ਦਾ ਇਨਾਮ ਨਿਕਲਿਆ ਸੀ ਚਾਂਦੀ ਦਾ ਸਿੱਕਾ, ਅੱਜ ਅਸੀਂ ਇਹਨਾਂ ਨੂੰ ਬਲਿਆਰਾਂ ਪਿੰਡ ਵਿਖੇ ਦੇ ਕੇ ਜਾ ਰਹੇ ਹਾਂ ਜੀ। ਹਲੋ ਸੰਗਤ ਜੀ, ਪ੍ਰਵਾਨ ਕਰੋ ਜੀ। ਇਹਨਾਂ ਨੇ ਇਤਿਹਾਸ ਦਾ ਜਵਾਬ ਦਿੱਤਾ ਸੀ, ਇਹਨਾਂ ਦਾ ਚਾਂਦੀ ਦਾ ਸਿੱਕਾ ਨਿਕਲਿਆ ਸੀ ਬਲਿਆਰਾਂ ਪਿੰਡ ਵਿੱਚ, ਬੇਗੋਵਾਲ ਦੇ ਕੋਲ ਅੱਜ ਦੇ ਕੇ ਜਾ ਰਹੇ ਹਾਂ ਜੀ। ਸੰਗਤ ਜੀ, ਵੱਧ ਤੋਂ ਵੱਧ ਇਤਿਹਾਸ ਦੇ ਨਾਲ ਜੁੜੋ, ਹਰ ਮਹੀਨੇ ਦੋ ਸਵਾਲ ਪੁੱਛਦੇ ਹਾਂ ਜੀ। ਦੋਵਾਂ ਸਵਾਲਾਂ ਦੇ ਸੰਗਤ ਵਿੱਚੋਂ ਜਿਹੜੇ ਸਹੀ ਜਵਾਬ ਆਉਂਦੇ ਨੇ ਉਹਨਾਂ ਦੇ ਫਿਰ ਸਾਰਿਆਂ ਦੇ ਨਾਵਾਂ ਦੀਆਂ ਪਰਚੀਆਂ ਪਾ ਦਿੰਦੇ ਹਾਂ। ਪਰਚੀਆਂ ਪਾ ਕੇ ਫਿਰ 20-22 ਤਰੀਕ ਦੇ ਵਿੱਚ ਉਹ ਪਰਚੀਆਂ ਦੇ ਵਿੱਚ ਜਿੰਨਿਆਂ ਦੇ ਵੀ ਆਉਂਦੇ ਨਾਮ ਪਰਚੀਆਂ ਪਾ ਕੇ ਲੱਕੀ ਡਰਾ ਰਾਹੀਂ ਫਿਰ ਇਨਾਮ ਕੱਢੀ ਦੇ ਨੇ। ਜਿਨ੍ਹਾਂ ਦਾ ਪਰਚੀ ਰਾਹੀਂ ਇਨਾਮ ਨਿਕਲ ਜਾਵੇ ਉਹਨਾਂ ਦੇ ਫਿਰ ਜਾ ਕੇ ਇਨਾਮ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਹਨਾਂ ਨੂੰ ਦੇ ਦਈਦਾ। ਅੱਜ ਅਸੀਂ ਬਲਿਆਰਾਂ ਪਿੰਡ ਵਿਖੇ ਪਹੁੰਚੇ ਹਾਂ ਜੀ। ਇਹਨਾਂ ਦਾ ਜੂਨ ਮਹੀਨੇ ਦਾ ਨਾਮ ਨਿਕਲਿਆ ਸੀ ਅਤੇ ਚਾਂਦੀ ਦਾ ਸਿੱਕਾ ਇਹਨਾਂ ਨੂੰ ਦੇ ਦਿੱਤਾ ਜੀ। ਬੇਗੋਵਾਲ ਦੇ ਕੋਲ ਇਹ ਪਿੰਡ ਪੈਂਦਾ ਜੀ। ਆਪ ਜੀ ਵੱਧ ਤੋਂ ਵੱਧ ਜਵਾਬ ਦਿਆ ਕਰੋ। ਜਵਾਬ ਸਾਡੇ ਵਟਸਐਪ ਨੰਬਰ 98-723-9872-364-5944 'ਤੇ ਜਵਾਬ ਦੇਣਾ ਜੀ। ਕੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਸੁਖਚੈਨ ਸਿੰਘ, ਪਿੰਡ ਪੱਕਾ ਕਲਾਂ, ਜ਼ਿਲ੍ਹਾ ਬਠਿੰਡਾ ਜੀ। ਸੋ ਬਾਬਾ ਜਸਵਿੰਦਰ ਸਿੰਘ ਕਸੂਰੇ ਵਾਲੇ, ਜਿਨ੍ਹਾਂ ਨੇ ਜੂਨ ਮਹੀਨੇ ਦੇ ਦੋ ਪ੍ਰਸ਼ਨ ਉੱਤਰ ਪੁੱਛੇ ਸੀ ਸਿੱਖ ਇਤਿਹਾਸ ਵਿੱਚੋਂ, ਜਿਨ੍ਹਾਂ ਵਿੱਚੋਂ ਲੱਕੀ ਡਰਾ ਕੱਢਿਆ ਹੈ ਜੀ, ਅਤੇ ਉਹ ਲੱਕੀ ਡਰਾ ਚਾਂਦੀ ਸਿੱਕਾ ਜੀ, ਇੱਕ ਅੱਧੇ ਤੋੜੇ ਦਾ, ਉਹ ਸਾਨੂੰ ਕੋਰੀਅਰ ਰਾਹੀਂ ਪਹੁੰਚਾ ਕੀਤਾ ਗਿਆ ਹੈ ਜੀ। ਸੋ ਬਹੁਤ ਬਹੁਤ ਧੰਨਵਾਦ ਬਾਬਾ ਜੀ ਦਾ, ਜਿਹੜੇ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਦੇ ਹਨ। ਆਹ ਦੇਖੋ ਜੀ, ਚਾਂਦੀ ਸਿੱਕਾ ਜਿਹੜਾ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਬਾਬਾ ਜਸਵਿੰਦਰ ਸਿੰਘ ਜੀ ਜੋ ਕਿ ਯੂਟਿਊਬ 'ਤੇ ਵਾਹਿਗੁਰੂ ਆਸਰਾ ਚੈਨਲ ਚਲਾਉਂਦੇ ਨੇ, ਉਹਨਾਂ ਨੇ ਗੁਰਮਤੀ ਦੇ ਕੁਝ ਸਵਾਲ ਪੁੱਛੇ ਸੀ। ਗੁਰਮਤ ਜੇ ਕੋਈ ਸਵਾਲ ਪੁੱਛੇ ਸੀ ਜਿਨ੍ਹਾਂ ਦੇ ਮੈਂ ਸਹੀ ਜਵਾਬ ਦਿੱਤੇ ਨੇ, ਅਤੇ ਉਹਨਾਂ ਨੇ ਮੈਨੂੰ ਲੱਕੀ ਡਰਾਅ ਵਿੱਚ ਚਾਂਦੀ ਦਾ ਸਿੱਕਾ ਭੇਜਿਆ, ਜਿਹੜਾ ਅੱਜ ਮੈਨੂੰ ਰਿਸੀਵ ਹੋਇਆ ਅਤੇ ਮੈਂ ਉਹ ਅੱਜ ਖੋਲ੍ਹ ਰਹੀ ਹਾਂ।